ਮੈਂ 8ਵੀਂ ਵਿੱਚ ਪੜ੍ਹਦਾ ਸੀ ਤੇ ਉਹ 10ਵੀਂ ਵਿੱਚ। ਸਾਡੇ ਸਕੂਲ ਨਾਲ ਨਾਲ ਹੀ ਸਨ। ਮੈਨੂੰ ਇਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ ਤੇ ਉਸ ਨੂੰ ਸਹੇਲੀਆਂ ਨਾਲ ਤੁਰ ਕੇ ਵਾਪਸ ਆਉਣਾ। ਪਰ ਘਰੋਂ ਸਖਤ ਹਦਾਇਤ ਸੀ ਕਿ ਇਕੱਠੇ ਇੱਕੋ ਸਾਈਕਲ ਤੇ ਹੀ ਮੁੜਨਾ ਹੈ, ਭਾਵੇਂ ਕੁਝ ਵੀ ਹੋ ਜਾਵੇ। ਉਸ ਨੂੰ ਅੱਧਾ ਘੰਟਾ ਪਹਿਲਾਂ ਛੁੱਟੀ ਹੋ ਜਾਂਦੀ ਸੀ ਤੇ ਉਹ ਗੇਟ ਦੇ ਬਾਹਰ ਖਲੋਤੀ ਮੈਨੂੰ ਉਡੀਕਦੀ ਰਹਿੰਦੀ। ਮੈਂ ਕਾਹਲੀ ਨਾਲ ਸਭ ਤੋਂ ਪਹਿਲਾਂ ਸਾਈਕਲ ਕੱਢਦਾ ਤੇ ਉਸ ਨੂੰ ਛੇਤੀ ਨਾਲ ਪਿੱਛੇ ਬਿਠਾ ਕੇ ਹਵਾ ਹੋ ਜਾਂਦਾ। ਸ਼ਾਇਦ ਮਨ ਵਿੱਚ ਡਰ ਰਹਿੰਦਾ ਕਿ ਕੋਈ ਮਖੌਲ ਨਾ ਉਡਾਵੇ। ਇੱਕ ਵਾਰ ਇਸੇ ਕਾਹਲੀ ਵਿੱਚ ਹੀ ਸਾਈਕਲ ਸਿੱਧਾ ਟੋਭੇ ਵਿੱਚ ਡਾ ਡਿੱਗਾ। ਕੱਪੜੇ, ਬਸਤੇ, ਕਿਤਾਬਾਂ ਸਭ ਗਿੱਲੇ ਹੋ ਗਏ। ਉਸ ਦੀ ਇੱਕ ਜੁੱਤੀ ਪਾਣੀ ਵਿੱਚ ਗਵਾਚ ਗਈ। ਬਥੇਰੀ ਲੱਭੀ ਪਰ ਗੱਲ ਨਾ ਬਣੀ। ਸਾਰੇ ਰਾਹ ਕੋਸਦੀ ਆਈ, ਤੈਥੋਂ ਸਾਈਕਲ ਵੀ ਚੱਜ ਨਾਲ ਨਹੀਂ ਚੱਲਦਾ, ਖੋਤੇ ਜਿੱਡਾ ਹੋ ਗਿਆ ਏ। ਮੈਂ ਬ੍ਰੇਕ ਮਾਰ ਕੇ ਸਾਈਕਲ ਸੁੱਟ ਦਿੱਤਾ। ਆਖਿਆ, ਤੂੰ ਚਲਾ ਲੈ ਜੇ ਚੱਲਦਾ ਏ ਤਾਂ। ਦੋਵੇਂ ਤਕਰੀਬਨ ਅੱਧਾ ਘੰਟਾ ਜ਼ਿੱਦ ਫੜੀ ਉੱਥੇ ਬੈਠੇ ਰਹੇ। ਇੰਨੇ ਨੂੰ ਪਿਤਾ ਜੀ ਸਾਨੂੰ ਲੱਭਦੇ ਲੱਭਦੇ ਸਾਈਕਲ 'ਤੇ ਆਉਂਦੇ ਦਿਸ ਪਏ। ਮੈਂ ਛੇਤੀ ਨਾਲ ਸਾਈਕਲ ਚੁੱਕਿਆ ਅਤੇ ਤਰਲਾ ਕੀਤਾ। ਪਿੱਛੇ ਬੈਠ ਜਾ, ਹੁਣ ਬਾਪੂ ਹੋਰਾਂ ਨੂੰ ਨਾ ਕੁਝ ਦੱਸੀ। ਮੈਨੂੰ ਪਤਾ ਸੀ ਕਿ ਛਿੱਤਰ ਪਰੇਡ ਮੇਰੀ ਹੀ ਹੋਣੀ ਸੀ, ਪਰ ਉਹ ਬਦਲਾ ਲੈਣ ਦੇ ਮੂਡ ਵਿੱਚ ਸੀ। ਛੇਤੀ ਨਾਲ ਸਾਰੀ ਗੱਲ ਦੱਸ ਦਿੱਤੀ। ਬਾਪੂ ਹੋਰਾਂ ਮੈਨੂੰ ਜੂੜਿਓਂ ਫੜ ਥੱਲੇ ਸੁੱਟ ਲਿਆ ਅਤੇ ਜੁੱਤੀ ਲਾ ਲਈ। ਪੁੱਛੋ ਨਾ ਫਿਰ ਕੀ ਹੋਇਆ। ਮੈਂ ਘਰੇ ਆ ਕੇ ਕਿੰਨੇ ਦਿਨ ਉਸ ਨਾਲ ਗੱਲ ਨਾ ਕੀਤੀ। ਫਿਰ ਜਦੋਂ ਬੋਲਚਾਲ ਸ਼ੁਰੂ ਹੋਈ ਤਾਂ ਕਿੰਨੀ ਵਾਰ ਇੱਕੋ ਗੱਲ ਆਖੀ ਗਿਆ, ਇੱਕ ਵਾਰ ਬਸ ਵਿਆਹ ਹੋ ਜਾਵੇ ਤੇਰਾ, ਸੌਂ ਗੁਰੂ ਦੀ ਜੇ ਤੇਰੇ ਕਦੀ ਮੱਥੇ ਲੱਗਿਆ ਤਾਂ। ਉਸਨੇ ਵੀ ਹੱਸਦੀ ਹੋਈ ਨੇ ਕਹਿ ਦੇਣਾ, ਜਦੋਂ ਵਿਆਹ ਹੋਊ ਉਦੋਂ ਦੀ ਉਦੋਂ ਵੇਖੀ ਜਾਊ। ਤੂੰ ਹੁਣ ਇਹ ਦੱਸ, ਮੇਰੀ ਗੁਆਚੀ ਜੁੱਤੀ ਕਦੋਂ ਲੱਭ ਕੇ ਦੇਣੀ ਆ? ਮੈਂ ਗੁੱਸੇ ਵਿੱਚ ਕੁਝ ਆਖਣ ਲੱਗਣਾ ਤਾਂ ਉਹ ਭੱਜ ਕੇ ਬਾਪੂ ਹੋਰਾਂ ਦੀ ਬੁੱਕਲ ਵਿੱਚ ਵੜ ਜਾਂਦੀ। ਅੱਜ ਤਕਰੀਬਨ 25 ਸਾਲਾਂ ਬਾਅਦ ਬੇਬੇ ਬਾਪੂ ਤੇ ਰਹੇ ਨਹੀਂ, ਜੀਜੇ ਹੋਰਾਂ ਦੀ ਬਦਲੀ ਸਾਡੇ ਸ਼ਹਿਰ ਰੇਲਵੇ ਸਟੇਸ਼ਨ 'ਤੇ ਹੋ ਗਈ। ਹਰੇਕ ਖੁਸ਼ੀ ਗਮੀ ਵੇਲੇ ਕੋਲ ਰਹਿੰਦੀ ਭੈਣ ਹੀ ਚੇਤੇ ਆਉਂਦੀ ਹੈ। ਸਵੇਰ ਵੇਲੇ ਅਕਸਰ ਹੀ ਕਲੋਨੀ ਦੀ ਪਾਰਕ ਵਿੱਚ ਸੈਰ ਕਰਦੀ, ਜਦੋਂ ਅੱਗੋਂ ਆਉਂਦੀ ਦਿਸ ਪੈਂਦੀ ਹੈ ਤਾਂ ਦੂਰੋਂ ਹੀ ਮੁਸਕਰਾਉਣ ਲੱਗ ਜਾਂਦੀ ਏ। ਸ਼ਾਇਦ ਬਿਨਾਂ ਕੁਝ ਬੋਲਿਆਂ ਹੀ ਇੰਨੀ ਗੱਲ ਜਿਤਾ ਰਹੀ ਹੁੰਦੀ ਏ ਕਿ ਦੇਖ ਲੈ ਨਿੱਕਿਆ, ਤੇਰੀ ਵਰਿਆਂ ਪਹਿਲਾਂ ਗੁਰੂ ਦੇ ਨਾਂ 'ਤੇ ਪਾਈ ਸੌਂ ਹੁਣ ਹਰ ਰੋਜ਼ ਝੂਠੀ ਪੈ ਰਹੀ ਏ। ਰਚਨਾ ਹਰਪ੍ਰੀਤ ਸਿੰਘ ਜਵੰਦਾ, ਆਵਾਜ਼ ਸਰਬਜੀਤ ਸਿੰਘ। ਅਜਿਹੀਆਂ ਹੋਰ ਰਚਨਾਵਾਂ ਸੁਣਨ ਲਈ ਸਬਸਕ੍ਰਾਈਬ ਕਰੋ ਸਰਬ ਸੁੱਖ ਫਿਲਮਜ਼।